ਭਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਨਵਾਂ ਘਰ ਬਣਾਇਆ ਤੇ ਸਾਰੇ ਘਰ 'ਚ ਲਾਈਟਾਂ ਲੱਗੀਆਂ ਹਨ ਤੇ ਅੱਧੀਆਂ ਬਹੁਤੀਆਂ ਲਾਈਟਾਂ ਸਰ ਗਈਆਂ ਨੇ ਖਰਾਬ ਹੋ ਗਈਆਂ ਨੇ ਤੇ ਜਿਹੜੇ ਭਾਈ ਹੋਰਾਂ ਕੋਲ ਲੈ ਕੇ ਆਏ ਹਨ ਹਮਾਦ ਭਾਈ ਹੋਰਾਂ ਕੋਲ ਉਹਨਾਂ ਨੂੰ ਕਾਲ ਕੀਤੀ ਯਾਰ ਲਾਈਟਾਂ ਸਰ ਗਈਆਂ ਨੇ ਉਹਨਾਂ ਨੇ ਆਖਿਆ ਕੋਈ ਮਸਲਾ ਨਹੀਂ ਤੁਸੀਂ ਲਾਈਟਾਂ ਲਿਆਓ ਵਾਪਸ ਕਰ ਲੈਣੇ ਜੇ ਜੇ ਸਰੀਏ ਵਟਾ ਕੇ ਤੁਸੀਂ ਦੂਸਰੀਆਂ ਲਾ ਜਿਓ ਤੇ ਹੁਣ ਜਾਣਾ ਭਾਈ ਹੋਰੀ ਆਏ ਨੇ ਲਾਈਟਾਂ ਲਾਣੇ ਜੇ ਜੇ ਸਰੀਏ ਨਾ ਇਹ ਟੈਂਕੀ ਤੋਂ ਤੇਰੀ ਲਾਈਟਾਂ ਹਨ ਸਾਰੀਆਂ ਸਰ ਗਈਆਂ ਹਨ ਤੇ ਇਹਨਾਂ ਨੂੰ ਚੇਂਜ ਕਰਾਵਾਂਗੇ ਅਸੀਂ ਭਾਈ ਯਾਰ ਲਾਈਟਾਂ ਨੂੰ ਮਸਲਾ ਕੀ ਹੋਇਆ ਤੁਹਾਨੂੰ ਹੁਣੇ ਦੱਸਣਾ ਵਾ ਇਹ ਚੈੱਕ ਕਰੋ ਇਹ ਲੱਭਦੀ ਪਈ ਜੇ ਬਿਲਕੁਲ ਘੱਟ ਬਲਦੀ ਏ ਤੇ ਉਹ ਬਿਲਕੁਲ ਸਹੀ ਏ ਐਸੇ ਤਰ੍ਹਾਂ ਜਿਹੜਾ ਨਾ ਅੱਜ ਬਹੁਤੀਆਂ ਲਾਈਟਾਂ ਜਿਹੜਾ ਨਾ ਐਵੇਂ ਰੋਲਾ ਕਰ ਗਈਆਂ ਹਨ ਤੇ ਇਸ ਵਾਸਤੇ ਹੁਣ ਜਿਹੜਾ ਨਾ ਲਾ ਕੇ ਤੇ ਬਦਲਾਵਾਂਗੇ ਭਾ ਮਿੱਠੂ ਇੱਧਰ ਆ ਵੇਖਿਓ ਆ ਵੇਖੋ ਤਿੰਨ ਲਾਟਾਂ ਵਾਲੀਆਂ ਤੇ ਰੋਸ਼ਨੀ ਆ ਰਹੀ ਨੇ ਇਸ ਕਮਰੇ 'ਚ ਬਸ ਉਸ ਲਾਈਟ ਦੀ ਰੋਸ਼ਨੀ ਹੈ ਬਾਕੀ ਸਾਰੀਆਂ ਮਤਲਬ ਨੇ ਆ ਵੇਖੋ ਸਾਰੇ ਬਲਣ ਉਹ ਤਾਂ ਬਲਣ ਨਹੀਂ ਲੱਟਾ ਜੀ ਇਹ ਵੀ ਡਿਮ ਹੋ ਗਈ ਉਹ ਵੀ ਡਿਮ ਨੇ ਉਹ ਬਸ ਤੇਜ਼ ਹੈ ਇੱਕ ਆ ਤੇ ਇੱਕ ਆ ਦੋ ਲਾਟਾਂ ਠੀਕ ਨੇ ਬਾਕੀ ਸਾਰੀਆਂ ਖਰਾਬ ਹੋ ਗਈਆਂ ਇੱਥੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਜਾਂ ਬਾਈ ਚੌਦਾਂ ਛੱਤੀ ਕੁਝ ਆਇਆ ਪਈਆਂ ਨੇ ਜਲਦੀ ਆਓ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤਰੇਈ ਚੌਵੀ ਕਿੰਨੀਆਂ ਉੱਨੀ ਚੌਵੀ ਤਰਤਾਲੀ ਤਰਤਾਲੀ ਛੱਤੀ ਅੱਸੀ ਲਾਈਟਾਂ ਉਨਾਸੀ ਲਾਈਟਾਂ ਅੱਸੀ ਲਾਈਟਾਂ ਜੇ ਹਾਂ ਭਾਜੀ ਭਾਈ ਆ ਸਾਰੀ ਲਾਈਟਾਂ ਜਿਹੜੀਆਂ ਨਾ ਸਵੇਰੇ ਇਨਸ਼ਾਲਾ ਅਸੀਂ ਰਿਪਲੇਸ ਕਰਕੇ ਤੇ ਵਟਾ ਕੇ ਲਿਆਉਣੀਆਂ ਨੇ ਬਾਕੀ ਹਮਾਦ ਭਾਈ ਸ਼ੁਕਰੀਆ ਯਾਰ ਤੁਸੀਂ ਜਿਹੜਾ ਇੰਨਾ ਕੋਆਪਰੇਟ ਕਰ ਰਹੇ ਹੋ ਬਾਕੀ ਫਿਲਹਾਲ ਜਿਹੜਾ ਨਾ ਸਾਰੀ ਲਾਈਟਾਂ ਇਕੱਠੀਆਂ ਕਰਨੀਆਂ ਤੇ ਸਵੇਰੇ ਨੂੰ ਜਿਹੜਾ ਨਾ ਰਿਪਲੇਸ ਕਰਾ ਕੇ ਲੈਵਾਂਗੇ ਬਿਸਮਿਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਅਮਦੇ ਹਿਸਾਬਰ ਮਿਤ ਕਹਿੰਦਾ ਤੁਸੀਂ ਠੀਕ ਠਾਕ ਹੋਵੋਗੇ ਭਾਈਆ ਅੱਜ ਜਿਹੜਾ ਨਾ ਅਸੀਂ ਆਪਣੇ ਘਰ ਦੀ ਸਫਾਈ ਕਰਨ ਲੱਗੇ ਹਾਂ ਘਰ ਦੇ ਵਿੱਚ ਜਿੰਨਾ ਗੰਦ ਪਾਲ ਪਿਆ ਨਾ ਸਾਰਾ ਚੁੱਕ ਅਸੀਂ ਮੈਜਿਕ ਜੂ ਸੁੱਟਣ ਲੱਗੇ ਹਾਂ ਅੱਜ ਜਿਹੜਾ ਨਾ ਘਰ ਬਿਲਕੁਲ ਸਾਫ਼ ਸੁਥਰਾ ਕਰ ਦਾਂਗੇ ਸਾਰਾ ਗੰਦ ਪਾਲ ਸਾਰਾ ਡੇਰੇ ਜਾਏਗਾ ਜੀ ਇਨਸ਼ਾਅੱਲਾ ਇਹਦਾ ਕੀ ਕੰਮ ਹੈ ਹੈਂ ਇਹਦਾ ਪਤਾ ਨਹੀਂ ਤੇ ਬਾਹਰ ਸੁੱਟੇ ਨੂੰ ਕੈਸਾ ਅੱਛਾ ਭਾਈਆ ਆਹ ਵੇਖੋ ਕਿੰਨਾ ਬੜਾ ਸਮਾਨ ਅਸੀਂ ਜਿਹੜਾ ਉੱਥੋਂ ਸੁੱਟ ਲਿਆ ਆਹ ਸਾਰਾ ਸਮਾਨ ਬਸ ਉੱਤਲੇ ਫਲੋਰ 'ਚ ਅਸੀਂ ਮਮਟੀ ਦੇ ਉੱਤੇ ਸੀ ਬਾਕੀ ਜਿਹੜਾ ਥੱਲੇ ਸਮਾਨ ਤੁਹਾਨੂੰ ਮੈਂ ਉਹ ਵਹਾਨਾ ਵਾ ਦੂਸਰਾ ਫਲੋਰ ਛੱਡੋ ਬਸ ਤੁਸੀਂ ਇਹ ਨੁੱਕਰ ਚੈੱਕ ਕਰ ਲਓ ਇਸ ਨੁੱਕਰ 'ਚ ਇਹ ਸਾਰਾ ਸਮਾਨ ਜਿੰਨਾ ਇੱਥੇ ਪਿਆ ਹੈ ਸਾਰਾ ਡੇਰੇ ਖੜਨਾ ਉੱਤੇ ਚੈੱਕ ਕਰ ਲਓ ਇਹ ਵੀ ਜਿਹੜਾ ਸਾਰਾ ਸਮਾਨ ਪਿਆ ਇਹ ਵੀ ਸਾਰਾ ਡੇਰੇ ਖੜਨਾ ਉੱਤੇ ਹੀ ਖੈਰ ਭਾਈ ਆਹ ਸਾਰਾ ਸਮਾਨ ਡੇਰੇ ਕਰਨ ਵਾਸਤੇ ਨਾ ਆਹ ਹਮਜ਼ਾ ਹੋਰਾਂ ਦੀ ਟਰਾਲੀ ਲੈ ਜੇ ਸਾਰਾ ਸਮਾਨ ਇਹਦੇ ਤੇ ਰੱਖਾਂਗੇ ਤੇ ਫਿਰ ਡੇਰੇ ਕਰਾਂਗੇ ਓਏ ਇੱਥੇ ਨਾਲ ਕਰਕੇ ਲਾ ਦੇ ਇੱਥੇ ਕਿਤੇ ਹੀ ਇੱਥੇ ਕਿ ਸਿੱਧਾ ਕਰਕੇ ਲਾ ਦੇਣਾ ਬੂਹੇ ਦਾ ਲਾ ਕੇ ਕਰਕੇ ਕੱਟੀਆ ਕੱਟੀਆ ਮੱਠੀ ਮੱਠੀ ਕੱਟੀਆ ਆਉਂਦੇ ਆਉਂਦੇ ਸਿੱਧਾ ਆਉਂਦੇ ਅੱਛਾ ਆਉਂਦੇ ਆਉਂਦੇ ਪਿੱਛੇ ਇੱਥੇ ਹੀ ਜਾਂਦੇ ਜਾਂਦੇ ਲਾ ਬਾਈ ਫਟਾ ਧਿਆਨ ਨਾਲ ਐ ਸਮਾਨ ਬਾਅਦ ਰੱਖਾਂਗੇ ਪਹਿਲਾਂ ਆ ਚੈੱਕ ਕਰੋ ਸੀੜੀਆਂ ਥੱਲੇ ਪੱਥਰ ਪਿਆ ਜਿੰਨਾ ਵਧਿਆ ਸੀ ਨਾ ਸਾਰਾ ਪੱਥਰ ਪਿਆ ਸਹੀ ਵੀ ਹੈ ਖਰਾਬ ਵੀ ਹੈ ਟੁੱਟਾ ਵੀ ਹੈ ਇਹ ਵੀ ਸਾਰਾ ਰੱਖਣਾ ਹੁਣ ਪਹਿਲਾਂ ਆ ਰੱਖ ਲੈਂਦੇ ਹਾਂ
ਕਰੋ ਸਾਰੀ ਟਰਾਲੀ ਭਰ ਗਈ ਆ ਸਾਰਾ ਸਮਾਨ ਅਸੀਂ ਡੇਰੇ ਕਰਨਾ ਹੈ ਤੇ ਜਿਹੜਾ ਲੋਹਾ ਵੇਚਣ ਵਾਲਾ ਨਾ ਉਹ ਅਸੀਂ ਵੱਖਰਾ ਕਰ ਲਿਆ ਅਸੀਂ ਇੱਥੇ ਵੇਚ ਰਾਂਗੇ ਇੱਥੇ ਜਿਹੜਾ ਭਾਈ ਨੂੰ ਵੇਚ ਰਾਂਗੇ ਬਾਕੀ ਜਿਹੜੇ ਕੰਮ ਦੀ ਚੀਜ਼ਾਂ ਨਾ ਉਹ ਸਾਰੀਆਂ ਡੇਰੇ ਲਾ ਚੱਲੇ ਆ ਭਾਈ ਆ ਸਾਰਾ ਸਮਾਨ ਲੱਦ ਲਿਆ ਸਾਰੇ 1000 ਰੁਪਏ ਲਈ ਦੋਸਤ ਜਿਹੜਾ ਸਾਰੇ ਇਕੱਠੇ ਹੀ ਨੇ ਨਾਲ ਜਿਹੜਾ ਹੈਲਪ ਕਰਾਉਣ ਆਏ ਸਨ ਤੇ ਹੁਣ ਸਾਰਾ ਸਮਾਨ ਲੈ ਕੇ ਜਿਹੜਾ ਡੇਰੇ ਫਿਰ ਉੱਥੇ ਜਾ ਕੇ ਲਾਵਾਂਗੇ ਉਹ ਧਿਆਨ ਨਾਲ ਵੇਖ ਕੇ ਜਰਾ ਅੱਲਾ ਹਾਫਿਜ਼ ਓਕੇ 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 ਹਾਂ ਭਾਈਆ ਮੈਂ ਜਿਹੜਾ ਨਾ ਪਿਛਲੇ ਪਾਸੇ ਖਲੋਤਾ ਮੈਂ ਕਿਹਾ ਕੋਈ ਸਮਾਨ ਠੀਕ ਹੈ ਮੈਂ ਧਿਆਨ ਰੱਖਾਂਗਾ ਤੇ ਬਾਕੀ ਸਾਰੇ ਅਗਲੇ ਬੰਦੇ ਨੂੰ ਆਇਆ ਕਿ ਮੈਂ ਘਰ ਰਹਿ ਪਿਆ ਮੈਂ ਸਾਰੇ ਕਹਿੰਦੇ ਸੀ ਆਪਾਂ ਘਰ ਰਹਿ ਪਿਆ ਯਾਰ ਇਹ ਗੱਲ ਹੋਈ ਨਹੀਂ ਯਾਰ ਇੱਥੇ ਹੀ ਉਹ ਵੇਖ ਕਿ ਟੱਕਰ ਮਾਰ ਛੱਡ ਲੱਗੀ ਸੀ ਖਲੋਣਾ ਨਹੀਂ ਦੱਬ ਕੇ ਦੱਬ ਕੇ ਉਹ ਚਿੱਕਰ ਹੀ ਭਾਈਆ ਬੜਾ ਚਿੱਕਰ ਦੇ ਵਿੱਚ ਨੰਗ ਕੇ ਆਏ ਆ ਵਾਲ ਅੱਗੇ ਪਾਣੀ ਲੱਗਾ ਜੀ ਅੱਲਾ ਖੈਰ ਕਰੇ ਆ ਰਾਹ ਚੜੇ ਨੀ ਅੱਬੂ ਤੇਰਾ ਲੱਭਤਾ ਨਾ ਓਏ ਬਚ ਗਏ ਖਲਾਰੀ ਏ ਇਹ ਸੁਣਾਈ ਜੀ ਮਾਸ਼ਾਅੱਲਾ ਕਿੰਨਾ ਬਿਊਟੀਫੁਲ ਸੀਨ ਹੈ ਭਾਈਆ ਸਿਰ ਵੇਖ ਡਰ ਗਏ ਭਾਈਆ ਉਹ ਤੇ ਇੱਕ ਮੁੰਡਾ ਖਲੋਤਾ ਪਿੰਡ ਦਾ ਮੁੰਡਾ ਦਾ ਪੁੱਠਾ ਨਾ ਭਾਂਡ ਨੇ ਸਾਰੇ ਜਣੇ ਮੈਜਿਕ ਜੂ ਚ ਪਰ ਗਏ ਜੇ ਡੇਰੇ ਤੇ ਸਾਰਾ ਸਮਾਨ ਜਾਣਾ ਹੁਣ ਇੱਥੇ ਅੰਦਰ ਹੀ ਲਾਹਰਾਂਗੇ ਭਾਈਆ ਪਹਿਲਾਂ ਸਾਡਾ ਪਲਾਨ ਆਇਆ ਸੀ ਕਿ ਟਰੈਕਟਰ ਨੂੰ ਨਾ ਸਿੱਧਾ ਅੰਦਰ ਖੜਾਂਗੇ ਪਰ ਅੰਦਰ ਜਿਹੜਾ ਗੇਟ ਸਾਡਾ ਰੇਰੂ ਲੱਗਿਆ ਹੁਣ ਜ਼ਿਆਦਾ ਆ ਟਰਾਲੀ ਜਿਹੜਾ ਬੂਹੇ ਕੇ ਲਾਉਂਦੇ ਆ ਸਾਰਾ ਸਮਾਨ ਚੁੱਕ ਕੇ ਅੰਦਰ ਖੜਨੇ ਆ ਜੂ ਆ ਬਾਬਾ ਤੇਰੀਆਂ ਡਰਾਈਵਰੀਆਂ ਆਉਂਦੇ ਗਾ ਹੁਣ ਜਾਂ ਜਾਂ ਤੇ ਜਾਂ ਦੇਂਗੇ ਬੇਫਿਕਰਾ ਹੋ ਕੇ ਉਹ ਕੋ ਦੇਖਿਓ ਬਿਮਾਰ ਨਹੀਂ ਹੈ ਕਿਸੇ ਦੇ ਭਾਈਆ ਸਮਾਨ ਜਿਹੜਾ ਤੁਲਾਣ ਡਿਆ ਸਾਰਾ ਤੇ ਮੈਂ ਜਿਹੜਾ ਨਾ ਬਹੁਤ ਕਾਲ ਕੀਤੀ ਮੈਂ ਕਿਹਾ ਮੁੰਡਾ ਵਾਸਤੇ ਕੁਝ ਖਾਣ ਪੀਣ ਵਾਸਤੇ ਲਾ ਆਵੋ ਕਿਉਂਕਿ ਜਿਹੜਾ ਨਾਲ ਸਾਰੇ ਲੱਗੇ ਚਲੋ ਫਿਰ ਇਹਨਾਂ ਦੇ ਥੋੜਾ ਬਹੁਤਾ ਜਰਾ ਖਵਾ ਪਿਆ ਦਈਏ ਅਲਹਮਦੁਲਿਲਾ ਜੀ ਸਾਰਾ ਸਮਾਨ ਟਰਾਲੀ ਚਲਾ ਕੇ ਸਿੰਦਰ ਲੈ ਗਏ ਆ ਪੱਥਰ ਜਿਹੜਾ ਸਾਰਾ ਉਹ ਪੰਡੀ ਨੂੰ ਕਰਕੇ ਰੱਖਤਾ ਬਾਕੀ ਸਾਰਾ ਸਮਾਨ ਕਮਰੇ 'ਚ ਰੱਖਤਾ ਜਿਹੜੇ ਕਮਰੇ ਨੂੰ ਦਰਵਾਜ਼ਾ ਲੱਗਿਆ ਤੇ ਹੁਣ ਬਹਿ ਕੇ ਨਾ ਇੱਥੇ ਪਾਣੀ ਸ਼ਾਣੀ ਪੀਣ ਲੱਗੇ ਆ ਭਾਈਆ ਪਾਣੀ ਸ਼ਾਣੀ ਪੀ ਕੇ ਲੇ ਚੀਜ਼ ਖਾ ਕੇ ਤੇ ਹੁਣ ਚੱਲੀਏ ਘਰ ਨੂੰ ਚੱਲੀਏ ਫਿਰ ਓਕੇ ਸ਼ੁਕਰੀਆ ਯਾਰ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਯਾਰ ਵੀ ਚਵਲ ਆ ਗਿਆ ਜੀ ਸਾਰਾ ਕੰਮ ਹੋ ਗਿਆ ਬੋਤਲ ਹੀ ਲੈ ਕੇ ਆਇਆ ਭਾਈਆ ਟਰਾਲੀ ਟਰੈਕਟਰ ਤੇ ਘਰ ਨੂੰ ਜਾਣ ਡਿਆ ਤੇ ਰਾਜ ਰਾਣਾ ਦਰਬਾਰ 'ਚ ਝੋਲ ਪੱਕੇ ਨੇ ਸਾਰੀ ਮਾਮੀ ਇੱਥੇ ਉੱਤਰ ਗਈ ਤੂੰ ਅੱਜ ਮਾਰ ਕੇ ਫਿਰ ਚੱਲਣਾ ਘਰ ਨੂੰ ਲੁੱਟੀ ਭਾਈਏ ਪਹਿਲਾਂ ਇੱਕ ਲੁੱਡੀ ਹੋਏ ਥੋੜੀ ਜਿਹੀ ਲੁੱਡੀ ਹੋਏ ਚਲਾ ਜਾਓ ਓਹੇ 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 ਭਾਈ ਆਹ ਕੱਲ ਜਾਣਾ ਬਾਰਾਂ ਡੱਬੀ ਦਾ ਵਜੇ ਤੇ ਪੂਰੇ ਪਿੰਡ ਵਾਲੇ ਨੇ ਆਪਣੇ ਘਰ ਲਾਈਟਾਂ ਲਾਈਆਂ ਨੇ ਤੇ ਮਾਸ਼ਾਅੱਲਾ ਅਸੀਂ ਵੀ ਲਾਈਆਂ ਨੇ ਚੈੱਕ ਕਰੋ ਬੜੀਆਂ ਪਿਆਰੀ ਲਾਈਟਾਂ ਲੱਗਣੀਆਂ ਕੋਠੀ 'ਚ ਚੈੱਕ ਕਰੋ ਮਾਸ਼ਾਅੱਲਾ ਆਹ ਵੇਖੋ ਆਹ ਚੈੱਕ ਕਰੋ ਸਾਡੇ ਗੁਆਂਢੀਆਂ ਨੇ ਵੀ ਜਿਹੜਾ ਲੱਟ ਲਾਈਆਂ ਜੇ ਇਹ ਨਾਲ ਜਿਹੜਾ ਦਰਬਾਰ ਏ ਇਹ ਖਾਂਗਲਾਂ ਨੂੰ ਕਿਹਾ ਸੀ ਇੱਥੇ ਵੀ ਜਿਹੜਾ ਲੱਟ ਲੱਗੀਆਂ ਜੇ ਪੱਲੇ ਮਹੱਲੇ ਸਾਰੀਆਂ ਲੱਟ ਲੱਗੀਆਂ ਉਹ ਪੱਲੇ ਮਹੱਲੇ ਜਿੱਥੇ ਲੱਟ ਲੱਗੀਆਂ ਨਾ ਉੱਧਰ ਉੱਧਰ ਜਿਹੜਾ ਨਾ ਗਲੀ ਵਿੱਚ ਜਾਈਏ ਅਤੇ ਹੁਣ ਅਸੀਂ ਉੱਧਰ ਜਾਂਦੇ ਹਾਂ ਤੁਹਾਨੂੰ ਜਾ ਕੇ ਗਲੀ ਵਹਾਉਂਦੇ ਹਾਂ ਪੂਰੀ ਗਲੀ 'ਚ ਲਾਈਟਿੰਗ ਸ਼ੈਟਿੰਗ ਕੀਤੀ ਤੁਹਾਨੂੰ ਜਾ ਕੇ ਵਹਾਉਂਦੇ ਹਾਂ ਮੇਰਾ ਜਿਹੜਾ ਨਾ ਪੂਰਾ ਪਲਾਨ ਸੀ ਕਿ ਆਪਣੀ ਸਾਰੀ ਕੋਠੀ 'ਚ ਜਿਹੜਾ ਸਜਾਵਾਂਗੇ ਲਾਈਟਾਂ ਦੇ ਨਾਲ ਪਰ ਜਿਹੜੇ ਬੰਦੇ ਕੋਲ ਅਸੀਂ ਲਾਈਟਾਂ ਲਵਾਈਆਂ ਨਾ ਉਹ ਕਿਰਾਏ 'ਤੇ ਲਾਈਟਾਂ ਲਾਉਂਦਾ ਅਤੇ ਉਹਦੇ ਕੋਲ ਲਾਈਟਾਂ ਮੁੱਕ ਗਈਆਂ ਹਨ ਉਹਨੇ ਕਿ ਲੋਕਾਂ ਦੇ ਘਰਾਂ 'ਚ ਲਾ ਕੇ ਕਹਿੰਦੇ ਯਾਰ ਮੇਰੇ ਕੋਲ ਥੋੜ੍ਹਾ ਬਹੁਤਾ ਬਚਿਆ ਮਾਲ ਅਤੇ ਸੀ ਕਿ ਚੱਲ ਜਿਹੜਾ ਹੈ ਉਹ ਤਾਂ ਲਾ ਨਾ
ਤੇ ਆ ਚੈੱਕ ਕਰੋ ਮਾਸ਼ਾਅੱਲਾ ਬੜੀਆਂ ਪਿਆਰੀ ਲਾਈਟਾਂ ਲੱਗਣੀਆਂ ਮੈਨੂੰ ਜਿਹੜਾ ਨਾ ਰੰਗ ਪੰਗੀਆਂ ਲਾਈਟਾਂ ਜਿਹੜਾ ਵੈਸੇ ਹੈ ਮਹਿੰਗੀਆਂ ਨੇ ਪਰ ਇਹਨਾਂ ਤੋਂ ਜ਼ਿਆਦਾ ਪਿਆਰੀਆਂ ਮੈਨੂੰ ਇਹ ਵਾਲੀਆਂ ਲਾਈਟਾਂ ਲੱਗਦੀਆਂ ਪਈਆਂ ਹੁਣ ਚਲੋ ਫਿਲਹਾਲ ਤਾਂ ਚਲੋ ਥੋੜ੍ਹੀਆਂ ਲਾਈਟਾਂ ਹਨ ਅੱਗੋਂ ਵਿਆਹ ਆਉਣ ਡਿਆ ਪੂਰੀ ਕੋਠੀ ਸਜਾਉਣੀ ਹੈ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਇਹ ਵਾਲੀਆਂ ਲਾਈਟਾਂ ਸੋਹਣੀਆਂ ਲੱਗਣਗੀਆਂ ਜਾਂ ਫਿਰ ਰੰਗ ਪੰਗੀਆਂ ਸੋਹਣੀਆਂ ਲੱਗਣਗੀਆਂ ਮੈਨੂੰ ਤਾਂ ਇਹ ਸੋਹਣੀਆਂ ਲੱਗਦੀਆਂ ਨੇ ਬਾਕੀ ਹੁਣ ਘਰੋਂ ਬਾਹਰ ਜਾ ਕੇ ਤਾਂ ਫਿਰ ਵਹਿੰਦੇ ਹਾਂ ਅਤੇ ਨਾਲ ਗਲੀ ਵੇਖ ਕੇ ਆਉਂਦੇ ਜਿਹੜੀ ਉਸ ਮਾਲ ਸੱਜੀ ਹੈ ਵੈਸੇ ਮੈਂ ਤੁਹਾਨੂੰ ਫਿਰ ਦੱਸਾਂ ਮੈਨੂੰ ਇਹੀ ਲਾਈਟਾਂ ਸੋਹਣੀਆਂ ਲੱਗਦੀਆਂ ਪਈਆਂ ਨੇ ਇਹਦੇ 'ਚ ਵੀਡੀਓ ਵਿੱਚ ਬੜੀਆਂ ਪਿਆਰੀਆਂ ਲੱਗਦੀਆਂ ਲਾਈਟਾਂ ਉਂਝ ਵੀ ਜਿਹੜਾ ਨਾ ਮਤਲਬ ਇੱਕੋ ਹੀ ਰੰਗ ਬਲਣ ਡਿਆ ਬਸ ਗੱਲ ਮੁੱਕੀ ਇਹ ਜਿਹੜੇ ਰੰਗ ਪੰਗੀਆਂ ਨੇ ਇਹ ਮੇਰੀ ਵਰਗੀਆਂ ਚਵਾਲੀ ਨੇ ਹਨਾ ਨੀਬ ਹਾਂਜੀ ਬਿਸਤੀ ਕਰਨਾ ਉਹਦੇ ਕੋਲ ਸਾਰਾ ਪਿੰਡ ਵਹਾ ਕੇ ਲਿਆਈ ਠੀਕ ਹੈ ਸਾਰੀ ਲਾਟਾ ਛਾਟਾ ਵਹਾ ਕੇ ਲਿਆ ਭਾਈਆ ਇਹ ਲਾਟਾਂ ਲੱਗੀਆਂ ਜੇ ਅਤੇ ਜਿਹੜੀਆਂ ਰੰਗ ਬਰੰਗੀਆਂ ਲਾਟਾਂ ਨਾ ਤੋਰ ਇੱਥੋਂ ਤੱਕ ਹਨ ਪਰ ਅਗਲੀਆਂ ਬਲਣ ਨਹੀਂ ਡਈਆਂ ਮਤਲਬ ਪਹਿਲਾਂ ਬਲਣ ਡੀਆਂ ਜਦੋਂ ਭਾਈ ਤੁਰ ਗਿਆ ਤਾਂ ਮਗਰੋਂ ਬੁੱਝ ਗਈਆਂ ਨੇ ਇਹ ਚੈੱਕ ਕਰੋ ਮਾਸ਼ਾਅੱਲਾ ਕੈਸੇ ਘਰ ਸਜਾਏ ਨੇ ਸਾਰਿਆਂ ਨੇ ਇੱਧਰ ਦੋ ਯਾਰ ਨੇ ਵੀ ਸਜਾਇਆ ਘਰ ਆਹ ਪਿੰਡ ਫਿਰਨ ਚੱਲੇ ਹਾਂ ਅਤੇ ਰਾਤ ਜਿਹੜਾ ਇਹਦਾ ਫਾਇਦਾ ਅਸੀਂ ਆਖਿਆ ਉਹਨੂੰ ਵੀ ਨਾਲ ਲੈ ਲੈਂਦੇ ਹਾਂ ਹੁਣ ਉਹਦੇ ਘਰ ਚੱਲੇ ਹਾਂ ਤੁਰੀ ਆਓ ਯਾਰ ਚੱਲੀ ਦੇਖ ਵੇਖ ਤਬਲੀਕੀ ਜਮਾਤ ਵਾਲੇ ਫਿਰ ਭਾਵੇਂ ਨਿਕਲੇ ਨਾ ਚਲੀਏ ਫਿਰ ਉਸ ਮਾਲੇ ਗਲੀਆਂ ਛਲੀਆਂ ਸੱਜੀਆਂ ਵੇਖ ਕੇ ਆਈਏ ਫਿਰ ਤੁਰ ਕੇ ਆਈਏ ਚਲਾ ਯਾਰ ਆਇਆ ਫਿਰ ਤੁਰ ਕੇ ਆ ਜਾਣਾ ਪਿੰਡ ਆਇਆ ਆਪਣੇ ਪਿੰਡ ਦਾ ਮੁੰਡਾ ਕੱਢਣਾ ਆਪ ਹੋ ਗਿਆ 20 ਰੁਪਈਏ ਲੈ ਕੇ ਲੈ ਜਾਈਏ ਭਾਈ ਆ ਅੱਜ ਗਲੀ ਸੱਜੀ ਆ ਉਸ ਮਾਲੇ ਭਾਈ ਆ ਵੇਖੋ ਚੰਗੀ ਮਾਸ਼ਾਅੱਲਾ ਸੋਹਣੀ ਗਲੀ ਸਜਾਈ ਜੇ ਤੂੰ ਲੈਟ ਬਾਲ ਲਾ ਕੁੱਪਣਾ ਉਹ ਮੂੰਹ ਤੇਰਾ ਗੇਂਦ ਲੱਭਦਾ ਕੋਈ ਲੈਟ ਬਾਲ ਛੜੀ ਭਾਈ ਆ ਮਾਸ਼ਾਅੱਲਾ ਬੜੀ ਸੋਹਣੀ ਗਲੀ ਸਜਾਈ ਜੇ ਪਹਿਲੀ ਵਾਰ ਜਾਣਾ ਸਾਡੇ ਪਿੰਡ ਇੰਨੀ ਗਲੀ ਸਜਾਈ ਗਈ ਜੀ ਪਹਿਲਾਂ ਕੋਈ ਵੀ ਨਹੀਂ ਸਜਾਉਂਦਾ ਉਹ ਲੈ ਉਹ ਤਾਂ ਲੜਾਈ ਲੱਗ ਗਈ ਆ ਕੌਣ ਹੀ ਹਾਂ ਕੌਣ ਹੋ ਸ਼ਾ ਕੋਈ ਹੈ ਕੁਛ ਹੈ ਰੂੜੀ ਖੈਰ ਰੂੜੀ ਡਿੱਗ ਪਿਆ ਫੜ ਲਾ ਖੈਰ ਓਏ ਆ ਮੈਂ ਰੂੜੀ ਦੋ ਡਿੱਗਾ ਭਾਈ ਅਜਰ ਨਾ ਉਲੇ ਮਾਲੇ ਦੇ ਮੁੰਡੇ ਨੇ ਅਜਰ ਐਸੇ ਗਲੀ ਚ ਨਾ ਘਰ ਇਹ ਮੋਬਾਈਲ ਲੈ ਕੇ ਬਾਹਰ ਆਈ 14 Pro Max ਲੈ ਕੇ ਨਾ ਸਿਹਤ ਰੂੜੀ ਡਿੱਗ ਪਿਆ ਉਹ ਤੇਰੇ ਵਰਗੇ ਚੋਰਾਂ ਦੇ ਵੀ ਸਦਕੇ ਚੋਰਾਂ ਦਾ ਨਾਮ ਬਦਨਾਮ ਕਰਤਾ ਜੀ ਭਾਈ ਆ ਇੱਕ ਵਾਰੀ ਮੋਬਾਈਲ ਖੋਤਾ ਅਤੇ ਦੁਬਾਰਾ ਫਿਰ ਜਿਹੜਾ ਉਹਨਾਂ ਨੂੰ ਵਾਪਸ ਲੱਭ ਗਿਆ ਜਦੋਂ ਡਿੱਗਿਆ ਜਾਫਾ ਰੂੜੀ 'ਚ ਦੁਬਾਰਾ ਫਿਰ ਇਹ ਮੋਬਾਇਲ ਪੜ ਕੇ ਉਦੋਂ ਫਿਰ ਖੋਖ ਦੌੜ ਗਈ ਲੱਭੀ ਮੈਨੂੰ ਆ ਕੇ ਮੈਨੂੰ ਤਾਂ ਸਾਹ ਚੜਾ ਤਾਂ ਲੱਭੇ ਜਾਂ ਨਾਲ ਅਸੀਂ ਉਹਨੂੰ ਆਖਿਆ ਆਪਣੇ ਮਹੱਲੇ ਲੈ ਜਾ ਉਹਨੂੰ ਫੜਾ ਜਰਾ ਪਿੰਡ ਫੜਾ ਜਾਫਾ ਜਿਹੜਾ ਮੋਬਾਇਲ ਲੈ ਕੇ ਆਪਣੇ ਮਹੱਲੇ ਤੁਰ ਗਿਆ ਕਹਿੰਦਾ ਇਹਨਾਂ ਨੂੰ ਫੇਰਾ ਪਵਾਉਂਦੇ ਹਾਂ ਸਵਾਪੀ ਤੁਰਦੇ ਹੋਣਗੇ ਅਸੀਂ ਤਾਂ ਜਾਣੇ ਓਏ ਚੰਗਾ ਸਵਾਦ ਆਇਆ ਜੀ ਹਨਾ ਓਏ ਹੋਏ ਭਾਈ ਆਹ ਬੜਾ ਡਰਾਮਾ ਲੱਗਾ ਹਜੇ ਇਹ ਉਹਨਾਂ ਦਾ ਮੋਬਾਇਲ ਚੁੱਕ ਕੇ ਲੈ ਆਇਆ ਉਹਨਾਂ ਦੇ ਸਾਹਮਣੇ ਮੋਬਾਇਲ ਫੜ ਕੇ ਫਿਰੇ ਅਸੀਂ ਉਹਨਾਂ ਨੂੰ ਆਖਿਆ ਇਹ 'ਚ ਬਾਹਰਲੀਆਂ ਚੀਜ਼ਾਂ ਆ ਜਾਂਦੀਆਂ ਜੇ ਇਹ ਵੀ ਅੱਗੋਂ ਉਹ ਅਸੀਂ ਡਰ ਡਰ ਕੇ ਦੌੜੀਏ ਉਹ ਜਾਣੇ ਵਿਚਾਰੇ ਵੀ ਡਰ ਕੇ ਦੌੜਨ ਕਹਿੰਦੇ ਸਾਡਾ ਮੋਬਾਇਲ ਲੈ ਦਿਓ ਇੱਕ ਵਾਰੀ ਅਸੀਂ ਆਖਿਆ ਭਾਈ ਬਾਅਦ 'ਚ ਲਾਂਗੇ ਇਹ ਮਗਰ ਚੜ ਜਾਂਦਾ ਪੂਰਾ ਦਰਵਾਹ ਮਾਰਿਆ
تیرے جن دی اسی بھار لا دتی اے لا اے بھار آں تیرا جن کٹا چیلا وٹا 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 اگے نے بڑے بٹے مارے نے مامے نے جن بن کے چلا جا ਜੇ ਸਾਡਾ ਅੱਜ ਦਾ ਵਲੌਗ ਜੇ ਤਾਂ ਚੰਗਾ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਨਾ ਜੇ ਸਾਡਾ ਦੇਖੇ ਪਣ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜ਼ਿੰਦਗੀ ਦੇ ਬਣਾਏ ਗਏ ਵੀਡੀਓ ਚ ਅਲਾਫੇਜ਼ 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 ਜਿੰਨ ਸਾਹਿਬ ਅਲਾਫੇਜ਼।